ਤੁਸੀਂ ਦੇਖ ਰਹੇ ਹੋ ਅਧਾਰਾ ਤਹਿਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehalkapunjab.tv। ਬਹੁਤ ਬਹੁਤ ਧੰਨਵਾਦ ਉਪਾਧਿਆਕਸ਼ ਮਹੋਦਿਆ। ਪਹਿਲੀ ਨਜ਼ਰ ਮੇਂ ਜ਼ਮੀਨ ਅਧਿਗ੍ਰਹਿਣ ਕਾ ਜੋ ਅਧਿਆਦੇਸ਼ ਹੈ ਵੋ ਪਹਿਲੀ ਨਜ਼ਰ ਮੇਂ ਹੀ ਪੂੰਜੀਪਤੀਓ ਕੋ ਫਾਇਦਾ ਪਹੁੰਚਾਣੇ ਵਾਲਾ ਲੱਗ ਰਿਹਾ ਹੈ। ਅਮੀਰ ਔਰ ਅਮੀਰ ਹੋ ਰਿਹਾ ਹੈ ਇਸ ਦੇਸ਼ ਮੇਂ, ਗਰੀਬ ਔਰ ਗਰੀਬ ਹੋ ਰਿਹਾ ਹੈ। ਕਿਸਾਨ ਮਾਂ ਕਾ ਦਰਜਾ ਦੇਤਾ ਹੈ ਧਰਤੀ ਕੋ। ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੇਂ ਕਿਹਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਾਣੀ ਕੋ ਪਿਤਾ ਕਾ ਦਰਜਾ, ਹਵਾ ਕੋ ਗੁਰੂ ਕਾ ਦਰਜਾ, ਔਰ ਧਰਤੀ ਕੋ ਮਾਂ ਕਾ ਦਰਜਾ ਦਿਆ ਗਿਆ ਹੈ। ਔਰ ਮਾਂ ਕੀ ਕੋਈ ਕੀਮਤ ਨਹੀਂ ਹੋਤੀ, ਔਰ ਮਾਂ ਕੋ ਛੀਨਨੇ ਕਾ ਅਧਿਕਾਰ ਵੀ ਕਿਸੀ ਕੋ ਨਹੀਂ ਦੇਣਾ ਚਾਹੀਏ। ਤੋ ਕਿਸਾਨ ਤੋਂ ਪਹਿਲੇ ਹੀ ਖੁਦਕੁਸ਼ੀਆਂ ਕਰ ਰਹੇ ਹੈ, ਕਿਸਾਨ ਤੋਂ ਪਹਿਲੇ ਹੀ ਫਸਲੋਂ ਕੇ ਭਾਵ ਨਾ ਮਿਲਨੇ ਕੀ ਵਜ੍ਹਾ ਸੇ ਕਰਜ਼ਈ ਹੋ ਗਏ ਹੈ, ਕਿਡਨੀਆਂ ਵੇਚ ਵੇਚ ਆਪਣੀ ਬੇਟੀਆਂ ਕੀ ਸ਼ਾਦੀਆਂ ਕਰ ਰਹੇ ਹੈ। ਉੱਪਰ ਸੇ ਦੋਹਰੀ ਮਾਰ ਹੈ ਕਿ ਸਰਕਾਰ ਸਵਾਮੀਨਾਥਨ ਕੀ ਰਿਪੋਰਟ ਕੋ ਵੀ ਲਾਗੂ ਕਰਨੇ ਸੇ ਮੁਕਰ ਗਈ ਹੈ। ਅਬ ਫਸਲੋਂ ਕੇ ਭਾਵ ਵੀ ਨਹੀਂ ਮਿਲ ਰਹੇ, ਔਰ ਜ਼ਮੀਨ ਛੀਨਨੇ ਕਾ ਅਧਿਕਾਰ ਵੀ ਲੈ ਰਹੇ ਹੈ। ਕਿਸੀ ਕੀ ਸਹਿਮਤੀ 80% ਕੀ ਸਹਿਮਤੀ, ਉਹ ਕਹਤੇ ਹਮ ਆਪਸੇ ਪੁੱਛੇਂਗੇ ਨਹੀਂ, ਹਮ ਤੋ ਆਪਕੋ ਬਤਾਏਂਗੇ ਕਿ ਆਪਕੀ ਜ਼ਮੀਨ ਹਮਨੇ ਕਬਜ਼ਾ ਕਰ ਲਿਆ, ਉਸ ਪਰ ਉਸਕੋ ਅਕਵਾਇਰ ਕਰ ਲਿਆ ਗਿਆ ਹੈ। ਤੋ ਅਧਿਆਕਸ਼ ਮਹੋਦਿਆ, ਜੋ ਰੱਸੇ ਬੈਲ ਕੇ ਗਲੇ ਮੇਂ ਘੰਟੀ ਘੁੰਗਰੂ ਬਾਂਧਨੇ ਕੇ ਲੀਏ ਬਨੇ ਥੇ, ਵੋ ਆਜ ਕਿਸਾਨ ਕੇ ਗਲੇ ਕਾ ਫੰਦਾ ਬਨ ਚੁੱਕੇ ਹੈ। ਤੋ ਐਸੇ ਕਾਲੇ ਕਾਨੂੰਨੋ ਸੇ ਆਪ ਕਿਸਾਨੋ ਕੋ ਜੋ ਨੁਕਸਾਨ ਕਰ ਰਹੇ ਹੈ, ਉਸਕੇ ਬਾਰੇ ਮੇਂ ਸ਼ਾਇਦ ਸਰਕਾਰ ਕੋ ਵੀ ਅੰਦਾਜ਼ਾ ਨਹੀਂ ਹੈ। ਪੂਰੇ ਦੇਸ਼ ਮੇਂ ਕਿਸਾਨ ਜਥੇਬੰਦੀਓਂ ਨੇ ਬਹੁਤ ਸੰਘਰਸ਼ ਕੀਆ, ਲੰਬਾ ਸੰਘਰਸ਼ ਕੀਆ, ਤਬ ਜਾ ਕੇ ਕਾਂਗਰਸ ਸਰਕਾਰ ਨੇ ਇਹ ਬਿੱਲ ਜੋ ਕਾਨੂੰਨ ਬਣਾਇਆ ਥਾ। ਲੇਕਿਨ ਐਸੀ ਕੌਣ ਸੀ ਮਜਬੂਰੀ ਆ ਗਈ ਹੈ ਕਿ 5 ਅਪ੍ਰੈਲ ਸੇ ਪਹਿਲੇ ਇਸਕੋ ਪਾਸ ਕਰਨਾ ਹੈ, ਇਸਕੋ ਪਾਰਿਤ ਕਰਨਾ ਹੈ। ਇਹ ਬਹੁਮਤ ਕਾ ਇਸਤੇਮਾਲ ਗਲਤ ਕਰ ਰਹੀ ਹੈ ਬੀਜੇਪੀ ਸਰਕਾਰ। ਤੋ ਮੈਂ ਆਮ ਆਦਮੀ ਪਾਰਟੀ ਕੀ ਤਰਫ ਸੇ ਇਸ ਬਿੱਲ ਕਾ ਵਿਰੋਧ ਕਰਤਾ ਹੂੰ। ਔਰ ਜਿਸ ਦਿਨ ਹਮਨੇ ਵਾਕਆਊਟ ਕੀਆ ਥਾ, ਉਸ ਦਿਨ ਸਿਰਫ ਇੱਕ ਪਾਰਟੀ ਨੇ ਬੀਜੇਪੀ ਕਾ ਸਾਥ ਦਿਆ ਥਾ, ਵੋ ਵੀ ਪੰਜਾਬ ਸੇ ਰਿਲੇਟਡ ਹੈ, ਕਿਸਾਨੋ ਕੀ ਪਾਰਟੀ ਕਹਿਲਾਤੀ ਹੈ, ਉਸਕਾ ਨਾਮ ਹੈ ਸ਼੍ਰੋਮਣੀ ਅਕਾਲੀ ਦਲ। ਵੋ ਬੈਠੇ ਥੇ ਸ਼ਾਇਦ ਆਪਣੀ ਇੱਕ ਵਜ਼ੀਰੀ ਇੱਕ ਮਿਨਿਸਟਰੀ ਕੋ ਬਚਾਨੇ ਕੇ ਲੀਏ, ਸ਼ਾਇਦ ਵੋ ਪੰਜਾਬ ਕੇ ਕਿਸਾਨੋ ਕੇ ਬੱਚੋਂ ਕਾ ਗਲਾ ਦਬਾਨੇ ਤੱਕ ਜਾ ਰਹੇ ਹੈ। ਤੋ ਇਸ ਬਿੱਲ ਕੇ ਵਿਰੋਧ ਮੇਂ ਮੈਂ ਖੜਾ ਹੁਆ ਹੂੰ, ਔਰ ਇਸ ਬਿੱਲ ਮੇਂ ਮੈਂ ਯਹੀ ਕਹੂੰਗਾ ਕਿ ਇਸ ਬਿੱਲ ਕੋ ਵਾਪਸ ਲੈ ਲੇ ਤੋ ਕੁਛ ਨਹੀਂ ਵਿਗੜੇਗਾ, ਅਭੀ ਵੀ ਕੁਛ ਨਹੀਂ ਵਿਗੜੇਗਾ, ਵਾਪਸ ਲੈਣਾ ਹੋਗਾ ਜੇ ਬਿੱਲ, ਕਿਉਂਕਿ ਪੂਰੇ ਦੇਸ਼ ਮੇਂ ਕਿਸਾਨ ਜੋ ਹੈ ਵੋ ਅੰਦੋਲਨ ਕਰਨੇ ਵਾਲੇ ਹੈ। ਆਲਰੇਡੀ ਅੰਨਾ ਹਜ਼ਾਰੇ ਜੀ ਕਰ ਰਹੇ ਹੈ ਇਸ ਬਾਤ ਪੇ ਅੰਦੋਲਨ, ਜੰਤਰ ਮੰਤਰ ਪੇ ਉਹਨੇ ਆਲਰੇਡੀ ਇਹ ਧਰਨਾ ਦਿਆ ਹੈ। ਔਰ ਮੈਂ ਇਹ ਕਹਿਣਾ ਚਾਹਤਾ ਹੂੰ, ਇੱਕ ਕਿਉਂਕਿ ਹਮਾਰੀ ਪਾਰਟੀ ਕੇ ਪਾਸ ਟਾਈਮ ਕਮ ਹੈ, ਲੇਕਿਨ ਕਵਿਤਾ ਇੱਕ ਐਸਾ ਮਾਧਿਅਮ ਹੈ ਜਿਸਸੇ ਬਹੁਤ ਬੜੀ ਬੜੀ ਬਾਤੇਂ ਛੋਟੇ ਕਮ ਸ਼ਬਦੋਂ ਮੇਂ ਕਹੀ ਜਾ ਸਕਤੀ ਹੈ। ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਮੁਝੇ ਉਮੀਦ ਹੈ ਬੀਜੇਪੀ ਵਾਲੇ ਮੇਰੇ ਸਾਥੀ ਧਿਆਨ ਸੇ ਸੁਣੇਂਗੇ, ਔਰ ਅਗਰ ਦਿਲ ਕਰੇ ਤੋ ਮੇਜ਼ ਵੀ ਥਪਥਪਾ ਦੇਣਾ ਅਗਰ ਅੱਛਾ ਲਗੇ, ਕਿਉਂਕਿ ਵੋਟਿੰਗ ਤੋ ਵਿਪ ਸੇ ਕਰੋਗੇ, ਅਗਰ ਦਿਲ ਸੇ ਵੋਟਿੰਗ ਕਰੋਗੇ ਤੋ ਮੇਰੇ ਖਿਆਲ ਮੇਂ ਰਿਜ਼ਲਟ ਸਕਰੀਨ ਪਰ ਬਹੁਤ ਕੁਛ ਉਲਟੇ ਆਨੇ ਵਾਲੇ ਹੈ। ਲੇਕਿਨ ਮੈਂ ਇਹ ਕਵਿਤਾ ਕੇ ਜ਼ਰੀਏ ਪੁੱਛਣਾ ਚਾਹਤਾ ਹੂੰ ਉਸ ਪੂਰੀ ਸਰਕਾਰ ਕੇ 10 ਮਹੀਨੇ ਕਾ ਕਾਮਕਾਰ, ਕਿ ਆਪਣੇ ਸੂਟ ਕਾ ਰੇਟ 10 ਲੱਖ ਸੇ ਕਰੋੜੋਂ ਪਾਰ ਕੀਆ, ਆਪਣੇ ਸੂਟ ਕਾ ਰੇਟ 10 ਲੱਖ ਸੇ ਕਰੋੜੋਂ ਪਾਰ ਕੀਆ, ਕਿਸਾਨੋਂ ਕੀ ਫਸਲੋਂ ਕੇ ਭਾਵ ਬੜਾਨੇ ਸੇ ਇਨਕਾਰ ਕੀਆ, ਮਹਿੰਗਾਈ ਨੇ ਲੋਗੋਂ ਕੀ ਨਾਕ ਮੇਂ ਦਮ ਕਰ ਦਿਆ ਹੈ, ਤੇਲ ਕਾ ਰੇਟ ਜਿਤਨਾ ਕਮ ਹੋ ਜਾਣਾ ਚਾਹੀਏ ਥਾ ਕਿਆ ਉਤਨਾ ਕਮ ਕਰ ਦਿਆ ਹੈ, ਕਾਲੇ ਧਨ ਪਰ ਯੂ ਟਰਨ ਸਵਾਮੀਨਾਥਨ ਪਰ ਲੋਗੋਂ ਕੇ ਖਾਤੇ ਮੇਂ ਕਬ ਡਲਵਾਨੇ ਵਾਲੇ ਹੈ, ਅਬ ਤੋ ਸਰਕਾਰ ਜੀ ਬਤਾ ਦੀਜੀਏ ਅੱਛੇ ਦਿਨ ਕਬ ਆਨੇ ਵਾਲੇ ਹੈ। ਜਨ ਧਨ ਯੋਜਨਾ ਮੇਂ
जनधन योजना में लोगों से 100-100 रुपए उधार ले लिया, किसानों की जमीनों को छीनने का भी अधिकार ले लिया, किसान तो खुदकुशियां कर रहे हैं, लोग इलाज के बिना मर रहे हैं, प्रधानमंत्री जी विदेशों की सैर कर रहे हैं। क्या आप मन की बात सिर्फ रेडियो पर ही बताने वाले हैं? चलो रेडियो पर ही बता दो, अच्छे दिन कब आने वाले हैं। पंजाब को बर्बाद कर दिया नशे और कैंसर की बीमारी ने, महंगाई ने, गुंडागर्दी ने, गरीबी ने और बेरोजगारी ने। मुझे ये बता दिए कि अब कोई बेघर भी घर वापसी करेगा? आम आदमी कब तक धर्म के नाम पर मरेगा? हम तो ऐसे काले कानूनों के विरुद्ध ऐसे ही संसद में आवाज उठाने वाले हैं। हम उतनी देर कहीं नहीं जाने वाले हैं जितनी देर आप ये नहीं बताने वाले हैं कि अच्छे दिन कब आने वाले हैं। बहुत बहुत मेहरबानी, बहुत बहुत शुक्रिया। अपने सुझाव पर एक कमेंट जरूर करो। यूट्यूब देख रहे सारे ही दर्शकों को साडी पुरजोर अपील है कि स्क्रीन के खब्बे हाथ लगे लाल रंग के सबसक्राइब बटन नू जरूर दबाउण अते अपनी ईमेल आईडी का पासवर्ड पा दे, जिस नाल साडियां सारिया ही अपलोड होने वाली वीडियो तुहाडी ईमेल आईडी तक पहुँचती रहनगियां। सानू आस है कि तुसी सानू अपना एक सबसक्राइब जरूर देवोगे। इसे ही आस नाल अदारा तहलका पंजाब अते पब्लिक पुलिस मॉनिटर के ऑफिस की इंचार्ज ज्योति संधू, बाबा मार्केट सैकेंड फ्लोर ऑपोजिट बस स्टैंड जलंधर।